ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖਣ। ਸਵਾਗਤ ਹੈ ਜੀ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਵੀਰੋ ਆਪਣਾ ਮੋਬਾਈਲ ਨੰਬਰ ਕਰੋ ਨੋਟ 07876196625 ਤੁਸੀਂ ਆਪਣੀ ਕਿਸੇ ਵੀ ਖੇਤੀਬਾੜੀ ਵਾਲੇ ਸਾਧਨ ਦੀ ਐਡ ਆਪਣੇ ਚੈਨਲ ਟਰੈਕਟਰ ਜ਼ਾਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ। ਹਰੇਕ ਸਾਧਨ ਦੀਆਂ ਵੀਰੋ 5 ਤੋਂ 6 ਫੋਟੋਆਂ ਅਤੇ ਜਾਣਕਾਰੀ ਆਪਣੇ ਏਸੀ ਨੰਬਰ ਦੇ ਉੱਪਰ ਭੇਜ ਕੇ ਜੋ ਸਕਰੀਨ ਤੇ ਸ਼ੋ ਹੋ ਰਿਹਾ ਹੈ 프리 ਦੇ ਵਿੱਚ ਐਡ ਆਪਣੇ ਚਾਹਣ ਟਰੈਕਟਰਸ ਆਰ ਦੇ ਉੱਪਰ ਕਰਵਾ ਸਕਦੇ ਹੋ ਜੀ ਜੋ ਵੀ ਸਾਧਨ ਤੁਸੀਂ ਐਡ ਵਾਸਤੇ ਭੇਜਣਾ ਹੈ ਉਹਦਾ ਰੇਟ ਸਹੀ ਮਾਰਕੀਟ ਵੈਲਿਊ ਦੇ ਹਿਸਾਬ ਦੇ ਨਾਲ ਤੇ 5 ਤੋਂ 6 ਫੋਟੋਆਂ ਲਾਜ਼ਮੀ ਨੇ ਵੀਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਰਜਨ 555 ਟਰੈਕਟਰ ਸੇਲ ਵਾਸਤੇ ਜੀ ਅਰਜਨ 555 ਟਰੈਕਟਰ ਹੈ ਵੀਰੋ 2019 ਮਾਡਲ ਹੈ ਜੀ 2019 ਮਾਡਲ ਹੈ ਵੀਰੋ 1200 ਘੰਟੇ ਟਰੈਕਟਰ ਚੱਲਿਆ ਹੋਇਆ ਜੀ ਸਾਰਾ 85% ਟਾਇਰਾਂ ਦੀ ਕੰਡੀਸ਼ਨ ਹੈ ਟਰੈਕਟਰ ਦੀ ਤੇ ਪੰਜਾਬ ਨੰਬਰ ਹੈ ਜੀ ਪੀਵੀ07 ਨੰਬਰ ਹੈ ਟਰੈਕਟਰ ਦਾ ਕੰਡੀਸ਼ਨ ਸਾਫ਼ ਸੁਥਰੀ ਹੈ ਫੋਟੋਆਂ ਸਾਰੀਆਂ ਸਾਈਡਾਂ ਤੋਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਜਿਹੜੀ ਸਾਈਡ ਦੀ ਤੁਸੀਂ ਹਾਲਤ ਵਗੈਰਾ ਦੇਖਣਾ ਚਾਹੋ ਉਹ ਦੇਖ ਸਕਦੇ ਹੋ ਜੀ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 5,60,000 ਰੁਪਿਆ 5,60,000 ਰੁਪਿਆ ਡਿਮਾਂਡ ਹੈ ਵੀਰਾਂ ਵੱਲੋਂ ਕਰਦਾਸਪੁਰ ਏਰੀਏ ਦੇ ਵਿੱਚ ਇਹ ਟਰੈਕਟਰ ਸੇਲ ਵਾਸਤੇ ਹੈ ਮੋਬਾਈਲ ਨੰਬਰ ਕਰ ਲਓ ਜੀ ਨੋਟ 99779 93132 98779 93132 ਇਹ ਆ ਵੀਰਾਂ ਦਾ ਮੋਬਾਈਲ ਨੰਬਰ ਤੁਸੀਂ ਟਰੈਕਟਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਹ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅੱਗੇ ਗੱਲ ਕਰਦੇ ਆ ਸਵਰਾਜ 855 ਚਾਰ ਸਟਾਰ ਟਰੈਕਟਰ ਹੈ ਬਕਾਓ ਵੀਰੋ 2014 ਮਾਡਲ ਟਰੈਕਟਰ ਹੈ ਵੀਰੋ ਟਰੈਕਟਰ ਦੇ ਟਾਇਰ ਨੇ ਜੋ ਨਾਲ ਦੇ ਨੇ 75% ਟਰੈਕਟਰ ਦੇ ਟਾਇਰ ਨੇ ਨਾਲ ਦੇ ਟਾਇਰ ਨੇ ਜੋ ਕੰਪਨੀ ਵੱਲੋਂ ਆਏ ਨੇ ਇੰਜਨ ਕਲੋਸ ਕਰਦਾ ਟਰੈਕਟਰ ਦੇ ਵਿੱਚ ਬਾਗਾ ਪੁਰਾਣਾ ਏਰੀ ਦੇ ਵਿੱਚ ਇਹ ਟਰੈਕਟਰ ਹੈ ਵੀਰਾਂ ਕੋਲੇ ਸੇਲ ਵਾਸਤੇ ਸਾਰਾ オリジナル ਟਰੈਕਟਰ ਹੈ ਬਹੁਤ ਵਧੀਆ ਸਾਫ ਸੁਥਰਾ ਰੰਗ ਪੇਂਟ ਹੈ ਲਿਮਿਟੇਸ਼ਨ ਮਗਰਾਟਾਂ ਦੇ ਹੋਇਆ ਹੋਇਆ ਡਿਮਾਂਡ 495000 ਰੁਪਇਆ 495000 ਰੁਪਇਆ ਸਿਰਫ ਡਿਮਾਂਡ ਹੈ ਵੀਰਾਂ ਦੀ ਪੱਕਾ ਫਿਕਸ ਰੇਟ ਨਹੀਂ ਹੈਗਾ ਜੀ 75% ਨਾਲ ਦੇ ਟਾਇਰ ਨੇ 2014 ਮਾਡਲ ਡ੍ਰੈਕਟਰ ਹੈ। ਏਰੀਆ ਵੀਰਾਂ ਦਾ ਬਾਗਾ ਪੁਰਾਣਾ 495000 ਰੁਪਇਆ ਡਿਮਾਂਡ ਤੇ ਮੋਬਾਈਲ ਨੰਬਰ ਕਰੋ ਬਿਰਾਂ ਦਾ ਨੋਟ 94657 14617 94657 14617 ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਜਿਹੜੇ ਭਰਾਵਾਂ ਨੇ ਹਰ ਤੱਕ ਵੀਡੀਓ ਸ਼ੇਅਰ ਨਹੀਂ ਕੀਤਾ ਸਾਰੇ ਵੀਰ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਰੇ ਕਿਸਾਨਾਂ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਕੋਈ ਵੀਰ ਇਹਨਾਂ ਵੀਡੀਓ ਵਿੱਚੋਂ ਕੋਈ ਸਾਧਨ ਖਰੀਦਣਾ ਚਾਹੁੰਦਾ ਹੈ ਤਾਂ ਖਰੀਦ ਸਕੇ ਇਸ ਕਰਕੇ ਸਾਰੇ ਵੀਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅੱਗੇ ਵੀਰੋ ਤੁਹਾਡੇ ਲੈ ਕੇ ਆਏ ਆ 18 ਤਵੀਆਂ ਦਾ ਸੈੱਟ ਹੈ ਸੇਲ ਵਾਸਤੇ ਸੈੱਟ ਦੇ ਵਿੱਚ ਅਗਲੇ ਤਵੇ ਕੱਟ ਵਾਲੇ ਆ ਜੀ ਮਾਗਰਲੇ ਪਲੇਨ ਸਾਫ ਤਵੇ ਆ ਅਗਲੇ ਤਵੇ ਨੇ ਜੋ ਕੱਟ ਵਾਲੇ ਨੇ ਕੰਡੀਸ਼ਨਰ ਵਗੈਰਾ ਸਾਫ ਸੁਥਰੀ ਵਧੀਆ ਨੇ ਬਹੁਤ ਵਧੀਆ ਹਾਲਤ ਦੇ ਵਿੱਚ ਤਵੇ ਪਏ ਨੇ ਫਰੇਮ ਵਗੈਰਾ ਵਧੀਆ ਸਾਫ ਹੈ ਕਿਤੇ ਟੁੱਟਪੱਜ ਨਹੀਂ ਕੋਈ ਬਾਕੀ ਤੁਸੀਂ ਜਾ ਕੇ ਮੌਕੇ ਤੇ ਹਰ ਇੱਕ ਪਾਰਟਸ ਵਗੈਰਾ ਦੀ ਜਮਾ ਜੜ ਤੋਂ ਸੰਤੁਸ਼ਟੀ ਜਿਹੜੀ ਹੈ ਕਰ ਸਕਦੇ ਹੋ ਜੀ 18 ਤਵੀਆਂ ਦਾ ਸੈੱਟ ਹੈ ਸੇਲ ਵਾਸਤੇ ਏਰੀਆ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਮਜੀਠਾ ਏਰੀਆ ਵੀਰਾਂ ਦਾ ਮੋਬਾਈਲ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ 62000 ਰੁਪਏ ਜੋ ਡਿਮਾਂਡ ਵੀਰਾਂ ਵੱਲੋਂ ਕੀਤੀ ਗਈ ਹੈ 62394 29412 62394 29412 ਇਹ 11 ਹਾਲ ਵੀ ਉਸੇ ਵੀਰ ਕੋਲੇ ਸੇਲ ਵਾਸਤੇ ਨੇ ਜਿਹੜੇ ਵੀਰ ਕੋਲੇ ਤਵੀਆਂ ਨੇ ਜੀ 11 ਹਾਲ ਸੇਲ ਵਾਸਤੇ ਨੇ ਸਪ੍ਰਿੰਗਾਂ ਵਾਲੇ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਸਪ੍ਰਿੰਗ ਪਏ ਨੇ ਰੰਗ ਪੇਂਟ ਵਗੈਰਾ ਹਾਲਾਂ ਦਾ ਜਰੂਰ 페ਂਟ ਹੋਇਆ ਹੈ ਬਾਕੀ ਟੁੱਟ ਪੱਜ ਕੋਈ ਨਹੀਂ ਹੈਗੀ ਬਿਰਾਂ ਦੇ ਦੱਸਣ ਅਨੁਸਾਰ ਸਾਰੇ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਨੇ ਫਾਲੇ ਵਗੈਰਾ ਵਧੀਆ ਕੰਡੀਸ਼ਨ 'ਚ ਪਏ ਨੇ ਜੀ 11 ਹਾਲਾਂ ਦਾ ਸੈਟ ਹੈ 25000 ਰੁਪਿਆ ਡਿਮਾਂਡ ਹੈ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਮਜੀਠਾ ਏਰੀਆ 62394 29412 25000 ਡਿਮਾਂਡ ਹੈ ਜੀ ਅਗਲੀ ਮਸ਼ੀਨਰੀ ਦੇ ਬਾਰੇ ਗੱਲ ਕਰੀਏ ਜੀ 13 ਫੁੱਟਾ ਟਰਾਲਾ ਬਿਕਾਊ ਹੈ ਟਰਾਲਾ 13 ਫੁੱਟ ਲੰਬਾਈ ਦੇ ਵਿੱਚ ਹੈ 7 ਫੁੱਟ ਚੜਾਈ ਦੇ ਵਿੱਚ ਹੈ ਜੀ ਸੇਲ ਦੇ ਮਾਲ ਦੇ ਨਾਲ ਟਰਾਲਾ ਤਿਆਰ ਹੋਇਆ ਹੈ ਲੋਹੇ ਦਾ ਸਾਰਾ ਸੇਲ ਦਾ ਮਾਲ ਲੱਗਿਆ ਹੋਇਆ 30 ਕੁਇੰਟਲ ਭਜਨ ਹੈ ਜੀ ਟਰਾਲੇ ਦੇ ਵਿੱਚ 30 ਕੁਇੰਟਲ ਭਜਨ ਹੈ ਡਬਲ ਟਾਇਰ ਨੇ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਸਾਫ਼ ਸੁਥਰੀ ਹੈ ਨਵੇਂ ਟਾਇਰ ਨੇ ਬਿਲਕੁਲ ਤੇ ਚਾਦਰ ਦੀਆਂ ਫੁੱਟਮਾਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਜੀ ਚਾਦਰ ਦੀ ਕੰਡੀਸ਼ਨ ਵਗੈਰਾ ਵੀ ਦੇਖ ਸਕਦੇ ਹੋ ਵਧੀਆ ਹੈਵੀ ਜਾਲੀ ਵਾਲਾ ਬੈੱਡ ਉੱਚਾ ਲੱਗਿਆ ਹੋਇਆ ਜੀ ਜੈਕ ਵਗੈਰਾ ਸਾਬ ਸੋਤਰੇ ਵਧੀਆ ਕੰਡੀਸ਼ਨ ਦੇ ਵਿੱਚ ਨੇ ਡਬਲ ਜੈਕ ਹੈ ਬਹੁਤ ਵਧੀਆ ਮਜ਼ਬੂਤ ਹੈਵੀ ਟਰਾਲਾ ਤਿਆਰ ਹੋਇਆ ਹੈ ਡਿਮਾਂਡ ਦੇ ਬਾਰੇ ਗੱਲ ਕਰੀਏ ਰੇਟ ਵਿਰਾਂ ਵੱਲੋਂ ਮੰਗਿਆ ਗਿਆ ਹੈ 315000 ਰੁਪਿਆ 315000 ਰੁਪਿਆ ਰੇਟ ਕੀਤਾ ਗਿਆ ਜੀ ਬਾਕੀ ਵੀਰ ਮੌਕੇ ਤੇ ਘਟ ਕੱਲ ਲੈਣਗੇ ਫਿਕਸ ਰੇਟ ਨਹੀਂ ਹੈਗਾ ਵਿਰਾਂ ਦਾ ਏਰੀਆ ਜੋ ਲੁਧਿਆਣਾ ਏਰੀ ਦੇ ਵਿੱਚ ਇਹ ਟਰਾਲਾ ਸੇਲ ਵਾਸਤੇ ਹੈ ਮੋਬਾਈਲ ਨੰਬਰ ਵਿਰਾਂ ਦਾ ਕਰੋ ਨੋਟ 88721 48648 88721 48648 ਜਿਹੜੇ ਤੁਹਾਨੂੰ ਸਾਧਨ ਅਸੀਂ ਐਡ ਵਾਸਤੇ ਰੋਜ਼ ਵੀਡੀਓ ਦੇ ਵਿੱਚ ਦਿਖਾਉਨੇ ਆ ਜਿਹੜੀ ਉਹਨਾਂ ਦੇ ਮਾਲਕ ਵੀਰਾਂ ਵੱਲੋਂ ਦੱਸੀ ਗਈ ਜਾਣਕਾਰੀ ਹੁੰਦੀ ਆ ਤੁਹਾਡੇ ਤੱਕ ਉਹੀ ਜਾਣਕਾਰੀ ਲੈ ਕੇ ਆਉਨੇ ਆ ਆਪਦੇ ਵੱਲੋਂ ਕੋਈ ਐਡ ਨਹੀਂ ਕੀਤਾ ਜਾਂਦਾ ਤੁਸੀਂ ਜੋ ਅਸੀਂ ਜਾਣਕਾਰੀ ਦੱਸਦੇ ਆ ਉਹਦੀ ਮੌਕੇ ਤੇ ਜਾ ਕੇ ਸੰਤੁਸ਼ਟੀ ਹੈ ਜਿਹੜੀ ਸਾਧਨ ਦੇ ਕੋਲੇ ਜਾ ਕੇ ਕਰ ਸਕਦੇ ਹੋ ਜੀ ਨੂਰ ਮਹਿਲ ਦੀ ਬਣੀ ਹੋਈ ਟਰਾਲੀ ਹੈ ਜੀ 16 ਫੁੱਟ ਹਮਨ ਸਿੰਘ ਐਂਡ ਸਨਸ ਨੂਰ ਮਹਿਲ ਦੀ ਬਣੀ ਹੋਈ ਟਰਾਲੀ ਹੈ ਜੀ 16 ਫੁੱਟ ਲੰਬਾਈ ਦੇ ਵਿੱਚ ਹੈ 7 ਫੁੱਟ ਚੜਾਈ ਦੇ ਵਿੱਚ ਹੈ ਟਰਾਲੀ 2017 ਮਾਡਲ ਹੈ ਡਬਲ ਟਾਇਰ ਲੱਗੇ ਹੋਏ ਨੇ ਐਮ ਆਰ ਐਫ ਕੰਪਨੀ ਦੇ ਟਾਇਰ ਨੇ ਵੀਰੋ 80% ਟਾਇਰਾਂ ਦੀ ਜਿਹੜੀ ਕੰਡੀਸ਼ਨ ਹੈਗੀ ਤੇ 10 ਨੱਟੀ ਹੱਬ ਲੱਗੀ ਆ 10 ਇੰਚੀ ਚਾਸੀ ਲੱਗੀ ਆ ਰੇਲ ਦਾ ਤੋੜਾ ਲੱਗਿਆ ਹੋਇਆ ਸੇਲ ਦਾ ਲੋਹਾ ਲੱਗਿਆ ਸਾਰਾ ਕੰਡੀਸ਼ਨ ਵਗੈਰਾ ਬਿਲਕੁਲ A1 ਹੈ ਬਹੁਤ ਵਧੀਆ ਸਾਫ ਸੁਥਰਾ ਰੰਗ ਪੇਂਟ ਪਿਆ ਹੈ ਬਾਕੀ ਡਾਲੇ ਦੀਆਂ ਫੁਟਮਾ ਸਕਰੀਨ ਤੇ ਸ਼ੋ ਹੋ ਰੀਆਂ ਨੇ ਡਿਮਾਂਡ ਰੱਖੀ ਗਈ ਹੈ 365000 ਰੁਪਿਆ ਏਰੀਆ ਵੀਰਾਂ ਦਾ ਗਰਦਾਸਪੁਰ ਏਰੀਆ ਵਿਰਾਂ ਦਾ ਜੀ 987799393732 ਇਹ ਵਿਰਾਂ ਦਾ ਮੋਬਾਈਲ ਨੰਬਰ ਹੈ ਜੀ ਅੱਜ ਦੀ ਵੀਡੀਓ ਦਾ ਸਫ਼ਰ ਆਪਣਾ ਭਰਾਓ ਇੱਥੋਂ ਤੱਕ ਸੀ ਸਾਰੇ ਵਿਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਜਿਹੜੇ ਭਰਾਵਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਟ੍ਰੈਕਟਰਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਰਜਾਨਾ ਤੁਹਾਨੂੰ ਆਪਣੇ ਆਪ ਵੀਡੀਓ ਦਾ ਮੈਸੇਜ ਜਿਹੜਾ ਮਿਲ ਜਾਇਆ ਕਰੇ ਅਤੇ ਬਾਕੀ ਸਾਰੇ ਕਿਸਾਨ ਵੀਰਾਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਕਿਸਾਨ ਭਰਾ ਆਪ ਦੀ ਲੋੜ ਵਾਸਤੇ ਕੋਈ ਸਾਧਨ ਖਰੀਦਣਾ ਚਾਹੁੰਦਾ ਹੈ ਤਾਂ ਆਪਣੀ ਵੀਡੀਓ ਦੇ ਵਿੱਚੋਂ ਹਰੇਕ ਜਾਣਕਾਰੀ ਆਸਾਨੀ ਦੇ ਨਾਲ ਪ੍ਰਾਪਤ ਕਰਕੇ ਤੇ ਵੀਰ ਦਾ ਨੰਬਰ ਪ੍ਰਾਪਤ ਕਰਕੇ ਖਰੀਦ ਸਕੇ ਇਸ ਕਰਕੇ ਵੀਡੀਓ ਨੂੰ ਸਾਰੇ ਭਰਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੇ ਕਿਸਾਨਾਂ ਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਕਿਸਾਨ ਭਰਾਓ ਜ਼ਰੂਰ ਦੱਸਿਓ ਤੇ ਬਾਕੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਦੇ ਲਈ